ਸਮੇਂ ਦੀ ਵੱਡੀ ਖਬਰ, ਸੀਐਮ ਭਗਵੰਤ ਮਾਨ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ, ਡਿਸਚਾਰਜ ਕਰ ਦਿੱਤਾ ਗਿਆ। ਸੀਐਮ ਭਗਵੰਤ ਮਾਨ ਕੁਛ ਹੀ ਸਮੇਂ ਬਾਅਦ ਹਸਪਤਾਲ ਤੋਂ ਬਾਹਰ ਆਉਣਗੇ ਔਰ ਆਪਣੇ ਘਰ ਦੇ ਲਈ ਰਵਾਨਾ ਹੋਣਗੇ। ਸੋ ਸੀਐਮ ਭਗਵੰਤ ਮਾਨ ਪਿਛਲੇ 4 ਦਿਨਾਂ ਤੋਂ ਹਸਪਤਾਲ ਦੇ ਵਿੱਚ ਦਾਖਲ ਸੀ, ਉਹਨਾਂ ਦੀ ਸਿਹਤ ਠੀਕ ਨਹੀਂ ਸੀ, ਪਰ ਉਹਨਾਂ ਦੀ ਸਿਹਤ ਨੂੰ ਲੈ ਕੇ ਵੱਖ ਵੱਖ ਸਮੇਂ ਹੁਣ ਜੇਕਰ ਕਿਸੇ ਵੀ ਸਰਕਾਰੀ ਦਫ਼ਤਰ 'ਚ ਕੋਈ ਕੰਮ ਹੋਵੇ ਤਾਂ ਖੱਜਲ ਖੁਆਰੀ ਨਹੀਂ ਹੁੰਦੀ ਤੇ ਨਾ ਹੀ ਰਿਸ਼ਵਤਖੋਰੀ ਦਾ ਡਰ ਰਹਿੰਦਾ, ਸਗੋਂ ਬੜੇ ਹੀ ਵਧੀਆ ਤੇ ਸਮੇਂ ਸਿਰ ਲੋਕਾਂ ਦੇ ਕੰਮ ਹੋ ਰਹੇ ਨੇ। ਇਹੀ ਤਾਂ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਚੱਜਾ ਸ਼ਾਸਨ, ਜਿਸ ਦੇ ਚਲਦਿਆਂ ਰਿਸ਼ਵਤਖੋਰੀ ਅਤੇ ਗੈਰ ਕਾਨੂੰਨੀ ਕੰਮਾਂ ਤੇ ਠੱਲ ਪਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਟੀਚਾ ਮਿਥਿਆ। ਇਸੇ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ ਵਟਸਐਪ ਨੰਬਰ ਜਾਰੀ ਕਰਕੇ ਹੋ ਰਹੇ ਅਪਰਾਧਾਂ ਤੇ ਰੋਕ ਲਗਾਈ ਹੈ। ਹੁਣ ਤੱਕ ਇਸ ਐਕਸ਼ਨ ਲਾਈਨ ਦੇ ਉੱਪਰ ਕੁੱਲ 12,307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ, ਜਿਨ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਸਮੇਂ ਤੇ ਹੀ ਨਿਪਟਾਰਾ ਕੀਤਾ ਗਿਆ। ਜੇਕਰ ਕੁੱਲ ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 567 ਮੁਕਦਮੇ ਦਰਜ ਕੀਤੇ ਗਏ ਨੇ ਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਲੋਕ ਹੁਣ ਬਿਨਾਂ ਕਿਸੇ ਚਿੰਤਾ ਦੇ ਸਰਕਾਰੀ ਦਫ਼ਤਰਾਂ 'ਚ ਆਪਣਾ ਕੰਮ ਕਰਵਾ ਰਹੇ ਨੇ। ਕਿਰਪਾ ਕਰਕੇ ਜੇ ਕੋਈ ਸਰਕਾਰੀ ਨੌਕਰੀ ਵਾਸਤੇ ਪੰਜਾਬ ਦੇ ਵਿੱਚ ਤੁਹਾਡੇ ਤੋਂ ਪੈਸੇ ਮੰਗਦਾ, ਬਿਲਕੁਲ ਪੈਸੇ ਦੇਣ ਦੀ ਲੋੜ ਨਹੀਂ, ਬਲਕਿ ਸਾਨੂੰ ਸਾਡਾ ਜਿਹੜਾ ਨੰਬਰ ਹੈ 9501200200 ਇਸ ਨੰਬਰ 'ਤੇ ਫੋਨ ਕਰਕੇ ਦੱਸ ਦਿਓ, ਤੁਹਾਡਾ ਨਾਮ ਗੁਪਤ ਰੱਖਿਆ ਜਾਊਗਾ ਅਤੇ ਬਾਕੀ ਕੰਮ ਸਾਡਾ। ਦੇ ਉੱਪਰ ਹਸਪਤਾਲ ਦੇ ਵੱਲੋਂ ਬੁਲੇਟਿਨ ਜਾਰੀ ਕੀਤਾ ਜਾਂਦਾ ਰਿਹਾ ਔਰ ਉਹਨਾਂ ਦੀ ਸਿਹਤ ਦੇ ਬਾਰੇ ਸਮੇਂ-ਸਮੇਂ ਦੇ ਉੱਪਰ ਦੱਸਿਆ ਜਾਂਦਾ ਰਿਹਾ ਔਰ ਹੁਣ ਤੁਹਾਨੂੰ ਤਸਵੀਰਾਂ ਦਿਖਾ ਰਿਹਾ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸੀਐਮ ਭਗਵੰਤ ਮਾਨ ਕੁਛ ਹੀ ਸਮੇਂ ਦੇ ਵਿੱਚ ਆਪਣੇ ਘਰ ਦੇ ਲਈ ਰਵਾਨਾ ਹੋਣਗੇ। ਸੀਐਮ ਭਗਵੰਤ ਮਾਨ ਨੂੰ ਛੁੱਟੀ ਮਿਲ ਗਈ ਹੈ ਔਰ ਸੀਐਮ ਭਗਵੰਤ ਮਾਨ ਜਿਹੜੇ ਨੇ ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸੀ ਔਰ ਉਹਨਾਂ ਦੀ ਸਿਹਤ ਦੇ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਸੀ ਔਰ ਉਹਨਾਂ ਦੀ ਸਿਹਤ ਦੇ ਵਿੱਚ ਹੋ ਰਿਹਾ ਸੁਧਾਰ ਨੂੰ ਦੇਖਦੇ ਹੋਏ ਹਸਪਤਾਲ ਦੇ ਵੱਲੋਂ ਉਹਨਾਂ ਨੂੰ ਡਿਸਚਾਰਜ ਜਿਹੜਾ ਹੈ ਉਹ ਕਰ ਦਿੱਤਾ ਗਿਆ। ਸੋ ਕੁਛ ਹੀ ਸਮੇਂ ਤੋਂ ਬਾਅਦ ਸੀਐਮ ਭਗਵੰਤ ਮਾਨ ਘਰ ਪਹੁੰਚਣਗੇ ਔਰ ਉਸ ਤੋਂ ਪਹਿਲਾਂ ਅੱਜ ਤੁਹਾਨੂੰ ਅਸੀਂ ਦਿਖਾਇਆ ਸੀ ਕਿ ਕਿਸ ਤਰੀਕੇ ਦੇ ਨਾਲ ਬਹੁਤ ਸਾਰੇ ਸਿਆਸੀ ਆਗੂ ਜਿਹੜੇ ਸੀ ਸੀਐਮ ਭਗਵੰਤ ਮਾਨ ਨੂੰ ਮਿਲਣ ਲਈ ਜਾ ਰਹੇ ਸੀ ਔਰ ਸੀਐਮ ਭਗਵੰਤ ਮਾਨ ਨੂੰ ਹੁਣ ਛੁੱਟੀ ਮਿਲ ਗਿਆ। ਮੇਰੇ ਸਹਿਯੋਗੀ ਵਿਨੀਤ ਨਾਲ ਜੁੜੇ ਹੋਏ ਨੇ। ਵਿਨੀਤ, ਸੀਐਮ ਭਗਵੰਤ ਮਾਨ ਨੂੰ ਜੀ ਭੁਪਿੰਦਰ ਬੱਬਰ ਜੀ ਸਾਡੇ ਨਾਲ ਜੁੜੇ ਹੋਏ ਨੇ ਫੋਰਟਿਸ ਹਸਪਤਾਲ ਤੋਂ ਨੇ। ਸੀਐਮ ਭਗਵੰਤ ਮਾਨ ਕਦੋਂ ਤੱਕ ਹਸਪਤਾਲ ਤੋਂ ਬਾਹਰ ਆਣਗੇ ਜੀ? ਜੀ ਬਿਲਕੁਲ, ਇਹਨਾਂ ਨੂੰ ਛੁੱਟੀ ਮਿਲ ਚੁੱਕੀ ਹੈ। ਜਿਵੇਂ ਕੀ ਹੈ ਹਰਪਾਲ ਸਿੰਘ ਮਾਈ ਨੇ ਹੁਣੇ ਦੱਸ ਕੇ ਬਾਈ ਦੇ ਵਿੱਚ ਕਿ ਉਹਨਾਂ ਨੂੰ 10-15 ਮਿੰਟ ਛੁੱਟੀ ਮਿਲ ਜਾਏਗੀ, ਲੇਕਿਨ ਹੁਣੇ ਭਗਵੰਤ ਮਾਨ ਜੀ ਨੂੰ ਛੁੱਟੀ ਮਿਲ ਗਈ ਔਰ ਲੋਕਾਂ ਦਾ ਧੰਨਵਾਦ ਕਰਦੇ ਹੋਏ ਕੈਬ ਉਹਨਾਂ ਨੇ ਲਈ ਹੋਈ ਸੀ ਹੱਥ ਲਾਉਂਦੇ ਹੋਏ ਬਕਾਇਦਾ ਹੁਣੇ ਛੁੱਟੀ ਕਰਕੇ ਹੁਣ ਸੀਐਮ ਜੀ ਜੀ ਉਹਨਾਂ ਦੀ ਸਿਹਤ ਪਹਿਲਾਂ ਨਾਲੋਂ ਕਿਸ ਤਰੀਕੇ ਦੀ ਉਹਨਾਂ ਦੀ ਸਿਹਤ ਲੱਗ ਰਹੀ ਸੀ ਕਿ ਉਹ ਬਿਲਕੁਲ ਤੰਦਰੁਸਤ ਲੱਗ ਰਹੇ ਸੀ ਔਰ ਉਹ ਜਦੋਂ ਹਸਪਤਾਲ ਤੋਂ ਨਿਕਲੇ ਨੇ ਤੁਸੀਂ ਦੱਸਿਆ ਕਿ ਨਿਕਲੇ ਔਰ ਉਹਨਾਂ ਦੀ ਸਿਹਤ ਤੁਹਾਨੂੰ ਕਿੱਦਾਂ ਦੀ ਲੱਗ ਰਹੀ ਸੀ ਕਿ ਬਿਲਕੁਲ ਫਿੱਟ ਸੀ? ਜੀ ਬਿਲਕੁਲ ਫਿੱਟ ਸੀ। ਹਰਪਾਲ ਸਿੰਘ ਮਾਈ ਦੇ ਦੱਸਣ ਮੁਤਾਬਕ ਉਹਨੇ ਦੱਸਿਆ ਵੀ ਜਿਹੜੀਆਂ ਜ਼ਰੂਰੀ ਫਾਈਲਾਂ ਬਕਾਇਦਾ ਹੁਣੇ ਉਹਨਾਂ ਨੇ 15 ਮਿੰਟ ਪਹਿਲਾਂ ਹੀ ਸਾਈਨ ਕੀਤੀਆਂ ਨੇ ਔਰ ਹਸਮੁੱਖ ਗੱਲਾਂ ਕਰਕੇ ਉਹ ਬਕਾਇਦਾ ਚੁਟਕਲੇ ਵੀ ਸਾਨੂੰ ਸੁਣਾਉਂਦੇ ਰਹੇ ਤੇ ਉਹਨਾਂ ਨੇ ਦੱਸਿਆ 10 ਮਿੰਟਾਂ ਛੁੱਟੀ ਮਿਲ ਗਈ, ਲੇਕਿਨ ਜਦੋਂ ਛੁੱਟੀ ਮਿਲੀ ਤਾਂ ਉਹ ਸਮਾਈਲਿੰਗ ਫੇਸ ਦੇ ਕੇ ਹੱਥ ਹਿਲਾਉਂਦੇ। ਹੁਣ ਕਾਫਲਾ ਉਹਨਾਂ ਦਾ ਸੀਐਮ ਹਾਊਸ ਪਹੁੰਚ ਗਿਆ ਜੀ। ਔਰ ਕੀ ਉਮੀਦ ਹੈ ਕਿ ਕਿੰਨੇ ਕੁ ਦਿਨਾਂ ਤੱਕ ਸੀਐਮ ਭਗਵੰਤ ਮਾਨ ਫਿਰ ਤੋਂ ਆਪਣੇ ਕਾਰਜ ਭਾਰ ਜਿਹੜਾ ਸੰਭਾਲ ਲੈਣਗੇ ਔਰ ਉਹ ਉਸੇ ਤਰ੍ਹਾਂ ਮਸ਼ਰੂਫ ਹੋ ਜਾਣਗੇ ਜੋ ਜਿਵੇਂ ਦੀ ਉਹਨਾਂ ਦੀ ਲਾਈਫ ਅਸੀਂ ਦੇਖੀ ਹੈ ਕਿ ਸਵੇਰੇ ਨਿਕਲ
ਨਿਕਲਦੇ ਨੇ, ਕਈ ਰੈਲੀਆਂ ਕਰਦੇ ਨੇ, ਕਈ ਲੋਕਾਂ ਦੇ ਨਾਲ ਮਿਲਦੇ ਨੇ। ਸੋ ਕੀ ਲੱਗਦਾ ਕਿ ਕਿੰਨੇ ਦਿਨਾਂ ਤੱਕ ਸੀ ਐਮ ਭਗਵੰਤ ਮਾਨ ਜਿਹੜਾ ਜੀ 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 ਬਿਲਕੁਲ ਉਹਨਾਂ ਦਾ ਫੇਸ ਦੇਖ ਕੇ, ਹੁਣ ਜਦੋਂ ਸਮਾਈਲਿੰਗ ਫੇਸ ਦੇਖ ਕੇ ਹੱਸਦੇ ਹੋਏ ਔਰ ਹੱਥ ਲਾਉਂਦੇ ਹੋਏ ਬਕਾਇਦਾ ਬਾਈ ਬਾਈ ਕਰਦੇ ਨਜ਼ਰ ਆ ਰਹੇ, ਤਾਂ ਇਹ ਲੱਗਦਾ ਵੀ ਸ਼ਾਇਦ ਉਹ ਹੀ ਕੱਲ੍ਹ ਤੋਂ ਹੀ ਫੀਲਡ ਦੇ ਵਿੱਚ ਆ ਜਾਣਗੇ, ਫਿਰ ਹੀ ਉੱਦਾਂ ਹੀ ਲੋਕਾਂ ਨੂੰ ਜਿਹੜੀ ਸਪੀਚ ਦੇਣਗੇ, ਜਿਹੜੇ ਵਿਰੋਧੀ ਧਿਰ ਹੈ ਉਹਨਾਂ ਦੇ ਵੀ ਮੂੰਹ ਬੰਦ ਕਰਨਗੇ, ਕਿਉਂਕਿ ਪਿੱਛੇ ਜੇ ਬਥੇਰੇ ਟਵੀਟ ਕਰਕੇ ਵਿਰੋਧੀ ਧਿਰਾਂ ਨੇ ਵੀ ਬਹੁਤ ਕੀਤਾ ਸੀ, ਉਹਨਾਂ ਬਾਰੇ ਗੱਲਾਂ ਬਾਤਾਂ ਵੀ ਕੀਤੀਆਂ ਸੀ ਕਿਹਾ, ਤੇ ਉਹਨਾਂ ਨੂੰ ਆ ਕੇ ਉਹਨਾਂ ਦੇ ਜਵਾਬ ਦੇਣਗੇ। ਇਹੀ ਉਹਨਾਂ ਚੀਮਾ ਸਾਹਿਬ ਦਾ ਕਹਿਣਾ ਸੀ, ਉਹਨਾਂ ਨੂੰ ਜਿਹੜਾ ਜਵਾਬ ਉਹਨਾਂ ਨੂੰ ਵਿਰੋਧੀ ਧਿਰਾਂ ਨੂੰ ਦਿੱਤਾ ਜਾਊਗਾ। ਜੀ ਜੀ ਬਹੁਤ ਬਹੁਤ ਧੰਨਵਾਦ। ਸੋ ਸੀਐਮ ਭਗਵੰਤ ਮਾਨ ਹਸਪਤਾਲ ਤੋਂ ਡਿਸਚਾਰਜ ਹੋ ਗਏ ਨੇ ਔਰ ਉਹ ਨਿਕਲੇ ਨੇ ਔਰ ਦੱਸ ਰਹੇ ਨੇ ਜਿਹੜੇ ਉੱਥੇ ਉਹਨਾਂ ਦੇ ਨਾਲ ਉਹਨਾਂ ਦੇ ਕੁਛ ਸਹਿਯੋਗੀ ਉੱਥੇ ਮੌਜੂਦ ਨੇ, ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਸੀਐਮ ਭਗਵੰਤ ਮਾਨ ਆਪ ਫਾਈਲਾਂ ਦੇ ਉੱਪਰ ਸਾਈਨ ਕਰਕੇ ਜਦੋਂ ਨਿਕਲੇ ਨੇ ਤਾਂ ਉਹਨਾਂ ਦੇ ਵੱਲੋਂ ਬੜੇ ਹਸਮੁੱਖ ਲਿਹਾਜ਼ ਦੇ ਨਾਲ ਉਹਨਾਂ ਨੂੰ ਨਾਲ ਉਹ ਕਹਿੰਦੇ ਚੁਟਕਲੇ ਸੁਣਾਉਂਦੇ ਹੋਏ ਬਾਹਰ ਜਾ ਰਹੇ ਸੀ ਔਰ ਹੱਸਦੇ ਹੋਏ ਬਾਹਰ ਜਾ ਰਹੇ ਸੀ ਔਰ ਸੀਐਮ ਭਗਵੰਤ ਮਾਨ ਦੀ ਸਿਹਤ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਉਹ ਬਿਲਕੁਲ ਫਿੱਟ ਨੇ। ਔਰ ਜਦੋਂ ਉਹਨਾਂ ਨੂੰ ਇਹ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਦੇ ਸਹਿਯੋਗੀਆਂ ਨੂੰ ਕਿ ਕੀ ਸੀਐਮ ਭਗਵੰਤ ਮਾਨ 2-4 ਦਿਨਾਂ ਤੱਕ ਆਪਣੇ ਕੰਮ ਦੇ ਉੱਪਰ ਵਾਪਸ ਆ ਜਾਣਗੇ, ਅਤੇ ਉਹਨਾਂ ਨੇ ਕਿਹਾ ਕਿ ਹੋ ਸਕਦਾ ਕਿ ਸੀਐਮ ਭਗਵੰਤ ਮਾਨ ਕੱਲ੍ਹ ਤੋਂ ਹੀ ਸੀਐਮ ਭਗਵੰਤ ਮਾਨ ਆਪਣੇ ਡਿਊਟੀ ਜਿਹੜੀ ਹੈ ਜੁਆਇਨ ਕਰਨਗੇ। ਮਤਲਬ ਕਿ ਉਹ ਆਪਣੇ ਜਿਸ ਤਰੀਕੇ ਦੇ ਨਾਲ ਉਹਨਾਂ ਦੀਆਂ ਮੀਟਿੰਗਾਂ ਹੁੰਦੀਆਂ ਨੇ, ਕਿਉਂਕਿ ਆਉਣ ਵਾਲੇ ਸਮੇਂ 'ਚ ਪੰਚਾਇਤੀ ਚੋਣਾਂ ਨੇ, ਹਰਿਆਣਾ ਦੇ ਵਿੱਚ ਉਹ ਸਟਾਰ ਪ੍ਰਚਾਰਕ ਨੇ, ਹਰਿਆਣਾ ਦੇ ਵਿੱਚ ਉਹ ਜਿਹੜੀ ਚੋਣਾਂ ਦਾ ਪ੍ਰਚਾਰ ਜਿਹੜਾ ਪੂਰੇ ਸਿਖਰਾਂ ਦੇ ਉੱਪਰ ਚੱਲਣ ਡਿਆ, ਤਾਂ ਸੋ ਦੇਖਣਾ ਹੋਏਗਾ ਕਿ ਸੀਐਮ ਭਗਵੰਤ ਮਾਨ ਕਿੰਨੀ ਜਲਦੀ ਹੁਣ ਜਿਸ ਤਰੀਕੇ ਦੇ ਨਾਲ ਸਿਹਤ ਯਾਬ ਹੋ ਕੇ ਉਹ ਹਸਪਤਾਲ ਤੋਂ ਫੋਰਟਿਸ ਹਸਪਤਾਲ ਤੋਂ 4 ਦਿਨਾਂ ਬਾਅਦ ਘਰ ਦੇ ਲਈ ਰਵਾਨਾ ਹੋਏ ਨੇ ਔਰ ਕਿੰਨੀ ਜਲਦੀ ਉਹ ਆਪਣੇ ਦੁਬਾਰਾ ਉਸੇ ਕੰਮ ਦੇ ਉੱਤੇ ਰੈਲੀਆਂ ਦੇ ਵਿੱਚ ਨਜ਼ਰ ਆਉਣਗੇ। ਔਰ ਵਿਰੋਧੀਆਂ ਦਾ ਜਦੋਂ ਜ਼ਿਕਰ ਹੋਇਆ ਕਿ ਵਿਰੋਧੀਆਂ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲ ਸੀਐਮ ਭਗਵੰਤ ਮਾਨ 'ਤੇ ਚੁੱਕੇ ਜਾ ਰਹੇ ਸੀ ਔਰ ਉਹਨਾਂ ਵਿਰੋਧੀਆਂ ਨੂੰ ਵੀ ਜਵਾਬ ਦੇਣ ਦਾ ਜਿਹੜਾ ਕੰਮ ਹੈ ਸੀਐਮ ਭਗਵੰਤ ਮਾਨ ਦੇ ਵੱਲੋਂ 1-2 ਦਿਨਾਂ ਦੇ ਵਿੱਚ ਸ਼ੁਰੂ ਕੀਤਾ ਜਾ ਸਕਦਾ ਹੈ, ਕਿਉਂਕਿ ਹਾਲਾਂਕਿ ਅੱਜ ਪ੍ਰਗਟ ਸਿੰਘ ਸਵੇਰੇ ਉਹਨਾਂ ਨੂੰ ਮਿਲਣ ਦੇ ਲਈ ਗਏ ਸੀ ਔਰ ਪ੍ਰਗਟ ਸਿੰਘ ਉਹਨਾਂ ਦੇ ਵੱਲੋਂ ਬਾਹਰ ਆ ਕੇ ਜੋ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸੀਐਮ ਭਗਵੰਤ ਮਾਨ ਬਿਲਕੁਲ ਠੀਕ ਨੇ ਔਰ ਜਲਦੀ ਉਹਨਾਂ ਨੂੰ ਛੁੱਟੀ ਮਿਲ ਜਾਏਗੀ ਔਰ ਉਹਨਾਂ ਦੀ ਸਿਹਤ ਯਾਬੀ ਦੇ ਲਈ ਵੀ ਪ੍ਰਗਟ ਸਿੰਘ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਉਹ ਜਲਦ ਠੀਕ ਹੋ ਜਾਣਗੇ ਔਰ ਉਹਨਾਂ ਨੂੰ ਛੁੱਟੀ ਮਿਲ ਜਾਏਗੀ। ਸੋ ਇਸੇ ਤਰੀਕੇ ਦੇ ਨਾਲ ਫਿਰ ਹਰਪਾਲ ਚੀਮਾ ਹੋਣ, ਕੁਲਤਾਰ ਸੰਧਵਾਂ ਹੋਣ, ਬਹੁਤ ਸਾਰੇ ਸਿਆਸੀ ਆਗੂ ਜਿਹੜੇ ਉਹ ਸੀਐਮ ਭਗਵੰਤ ਮਾਨ ਨੂੰ ਮਿਲਣ ਦੇ ਲਈ ਪਹੁੰਚ ਰਹੇ ਸੀ ਹਸਪਤਾਲ। ਸੋ ਮੇਰੇ ਸਹਿਯੋਗੀ ਜੁੜੇ ਹੋਏ ਨੇ ਨਾਲ, ਰਿਮਾਂਸ਼ੂ ਕਾਬਾ। ਰਿਮਾਂਸ਼ੂ, ਜਲਦ ਸੀਐਮ ਭਗਵੰਤ ਮਾਨ ਆਪਣੇ ਉਸੇ ਤਰੀਕੇ ਦੇ ਨਾਲ ਉਸੇ ਲਹਿਜੇ ਦੇ ਵਿੱਚ ਕੰਮ ਕਰਦੇ ਨਜ਼ਰ ਆਉਣਗੇ, ਛੁੱਟੀ ਮਿਲ ਗਈ ਹੈ? ਦੇਖੋ, ਜਦੋਂ ਛੁੱਟੀ ਮਿਲੀ ਹੈ ਤਾਂ ਕਾਫੀ ਦਿਨ ਬਿਮਾਰ ਰਹੇ ਨੇ, 4 ਦਿਨ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਰਹੇ ਨੇ, ਇਹਨਾਂ ਨੂੰ ਜਿਹੜੀਆਂ ਬਿਮਾਰੀਆਂ ਦੱਸੀਆਂ ਗਈਆਂ ਸੀਗੀਆਂ, ਇੱਕ ਆਰਟਰੀ, ਜਿਹੜੀ ਆਰਟਰੀਜ਼ ਦੇ ਜ਼ਰੀਏ ਹਾਰਟ ਤੋਂ ਬਲੱਡ ਲੰਗਸ ਵੱਲ ਨੂੰ ਜਾਂਦਾ ਸੀਗਾ ਡੀਓਕਸੀਡ ਹੋ ਕੇ, ਉਸ ਆਰਟਰੀ ਦੇ ਪ੍ਰੈਸ਼ਰ ਬਣ ਰਿਹਾ ਸੀਗਾ ਜਿਹਦੇ ਕਰਕੇ ਇਹਨਾਂ ਨੂੰ ਦਿੱਕਤਾਂ ਆ ਰਹੀਆਂ ਸੀਗੀਆਂ, ਔਰ ਜਦੋਂ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਉਸ ਵੇਲੇ ਇਹਨਾਂ ਨੂੰ ਤੇਜ਼ ਬੁਖਾਰ ਸੀਗਾ ਇੱਕ ਇਨਫੈਕਸ਼ਨ ਦੇ ਕਾਰਨ, ਤਾਂ ਉਹਨਾਂ ਚੀਜ਼ਾਂ ਦਾ ਐਂਟੀਬਾਇਓਟਿਕਸ ਦੇ ਨਾਲ ਇਲਾਜ ਚੱਲਿਆ, ਔਰ ਉਸ ਤੋਂ ਬਾਅਦ ਜਦੋਂ ਜਾਂਚ ਕੀਤੀ ਗਈ ਤਾਂ ਜਾਂਚ ਦੇ ਵਿੱਚ ਪਤਾ ਲੱਗਿਆ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਲੰਗਸ 'ਤੇ ਪ੍ਰੈਸ਼ਰ ਪੈ ਰਿਹਾ ਸੀਗਾ ਔਰ ਹਾਰਟ 'ਤੇ ਪ੍ਰੈਸ਼ਰ ਪੈ ਰਿਹਾ ਸੀਗਾ। ਹੁਣ ਕਿਉਂਕਿ ਇਹੋ ਜਿਹੀ ਬਿਮਾਰੀ ਦਾ ਇਲਾਜ ਕਰਾ ਕੇ ਨਿਕਲੇ ਨੇ ਤਾਂ ਇੱਕਦਮ ਐਕਟਿਵ ਹੋ ਪਾਉਂਦੇ ਜਾਂ ਨਹੀਂ, ਇਹ ਤਾਂ ਹੁਣ ਭਗਵੰਤ ਮਾਨ ਦਾ ਸਰੀਰ ਹੀ ਦੱਸ ਸਕਦਾ ਜਾਂ ਉਹਨਾਂ ਦਾ ਜਿਸ ਤਰ੍ਹਾਂ ਦਾ ਇਲਾਜ ਹੋਇਆ ਉਦੋਂ ਤੋਂ ਹੀ ਪਤਾ ਲੱਗੇਗਾ। ਪਰ ਜਿਹੜੀਆਂ ਤਸਵੀਰਾਂ ਸਾਡੇ ਕੋਲ ਹਸਪਤਾਲ 'ਚੋਂ ਨਿਕਲਦਿਆਂ ਦੀ ਬਾਹਰ ਆਈਆਂ ਨੇ, ਉਹਦੇ ਵਿੱਚ ਭਗਵੰਤ ਮਾਨ ਉਹਨਾਂ ਨੇ ਕੈਪ ਪਾਈ ਹੋਈ ਹੈ, ਹਾਲਾਂਕਿ ਜਿਹੜੇ ਲੋਕ ਬਾਹਰ ਉੱਥੇ ਖੜ੍ਹੇ ਨੇ ਜਾਂ ਮੀਡੀਆ ਵਾਲਿਆਂ ਦਾ ਜਮਾਵੜਾ ਸੀਗਾ ਉਹਨਾਂ ਦਾ ਹੱਥ ਲਾ ਕੇ ਉਹਨਾਂ ਨੂੰ ਧੰਨਵਾਦ ਵੀ ਕਰ ਰਹੇ ਨੇ, ਕਿਉਂਕਿ 4 ਦਿਨਾਂ ਤੋਂ ਸੀਐਮ ਜਦੋਂ ਇੱਕ ਸੂਬੇ ਦੇ ਜੇਰੇ ਇਲਾਜ ਹੋਣ, ਹਸਪਤਾਲ ਦੇ ਵਿੱਚ ਹੋਣ,
ਇੱਕ ਗੰਭੀਰ ਬਿਮਾਰੀ ਨਾਲ ਜੂਝ ਰਹੇ ਹੋਣ। ਗੰਭੀਰ ਬਿਮਾਰੀ ਦਾ ਕਹਿਣ ਦਾ ਮਤਲਬ ਹੈ ਕਿ ਜਦੋਂ ਹਾਰਟ ਔਰ ਲੰਗਸ ਵਰਗੇ ਔਰਗਨਸ ਇਨਵੋਲਵ ਹੋ ਜਾਂਦੇ ਆਪਾਂ ਨੂੰ ਗੰਭੀਰ ਕਹਿੰਦੇ ਆ, ਤਾਂ ਉਹ ਇਲਾਜ ਕਰਾ ਕੇ ਜਦੋਂ ਖੁਸ਼ੀ ਦੇ ਨਾਲ ਬਾਹਰ ਨਿਕਲ ਰਹੇ ਨੇ, ਤਾਂ ਉਮੀਦ ਤਾਂ ਸਾਰੇ ਸੂਬੇ ਵਾਸੀਆਂ ਨੂੰ ਇਹੀ ਹੋਏਗੀ ਕਿ ਹੁਣ ਬੜੇ ਆਰਾਮ ਦੇ ਨਾਲ ਜਿਹੜਾ ਹੈ ਆਪਣਾ ਕੰਮ ਜਾਂ ਆਪਣੀ ਪਰਫੋਰਮੈਂਸ 'ਤੇ ਵਾਪਸ ਸੀਐਮ ਆ ਸਕਦੇ ਨੇ। ਉਹ ਜਿਵੇਂ ਤੁਸੀਂ ਦੱਸਿਆ ਕਿ ਹੁਣ ਸਭ ਤੋਂ ਵੱਡਾ ਪਾਰਟੀ ਦੇ ਲਈ ਵੀ ਜਾਂ ਸੂਬੇ ਦੇ ਲਈ ਵੀ ਪੰਚਾਇਤੀ ਇਲੈਕਸ਼ਨਾਂ ਵਾਲਾ ਜ਼ੋਰ ਹੈ, ਫਿਰ ਝੋਨੇ ਦੀ ਖਰੀਦ ਹੋਣ ਜਾ ਰਹੀ ਹੈ, ਤਾਂ ਬਹੁਤ ਸਾਰੇ ਇਹੋ ਜਿਹੇ ਕੰਮ ਨੇ ਜਿਹਦੇ ਵਿੱਚ ਸੀਐਮ ਦੀ ਪ੍ਰੈਜੈਂਸ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ। ਤਾਂ ਹੁਣ ਇਹ ਕਿੰਨੇ ਕੁ ਐਕਟਿਵ ਹੋ ਪਾਉਂਦੇ ਨੇ ਇਹ ਤਾਂ ਸਾਨੂੰ ਇੱਕ ਦੋ ਦਿਨ 'ਚ ਪਤਾ ਲੱਗ ਜਾਏਗਾ, ਪਰ ਜਿਹੜੀ ਉਹਨਾਂ ਦੀ ਪਹਿਲੀ ਬੋਡੀ ਲੈਂਗੁਏਜ, ਮੈਂ ਚਾਹਾਂਗਾ ਕਿ ਤਸਵੀਰਾਂ ਆਪਾਂ ਲਗਾਤਾਰ ਦਿਖਾਈ ਜਾਈਏ ਆਪਣੇ ਦਰਸ਼ਕਾਂ ਨੂੰ। ਤਸਵੀਰਾਂ ਦੇ ਵਿੱਚ ਆਪਾਂ ਦਿਖਾ ਰਹੇ ਹਾਂ ਕਿ ਕਿਵੇਂ ਸੀਐਮ ਮਾਨ ਜਦੋਂ ਹਸਪਤਾਲ ਦੇ ਵਿੱਚੋਂ ਉਹਨਾਂ ਦੀ ਜਿਹੜੀ ਲੈਂਡ ਕਰੂਜ਼ਰ ਗੱਡੀ ਹੈ ਉਹ ਬਾਹਰ ਨਿਕਲੇ, ਤਾਂ ਇੱਕ ਸਕਿਨ ਕਲਰ ਦੀ, ਕਰੀਮ ਕਲਰ ਦੀ ਮੈਂ ਕਹਾਂਗਾ, ਕਰੀਮ ਕਲਰ ਦੀ ਇੱਕ ਕੈਪ ਪਾਈ ਹੋਈ ਹੈ। ਅੱਗੇ ਬੜੇ ਵੱਖਰੇ ਅੰਦਾਜ਼ ਦੇ ਵਿੱਚ ਬੜੇ ਦੇਰ ਬਾਅਦ ਸੀਐਮ ਦੇਖਣ ਨੂੰ ਮਿਲੇ ਨੇ, ਕਿਉਂਕਿ ਅਕਸਰ ਕੁੜਤੇ ਪਜਾਮੇ ਦੇ ਵਿੱਚ ਔਰ ਪੀਲੇ ਰੰਗ ਦੀ ਦਸਤਾਰ ਬਣ ਕੇ ਹੀ ਪਬਲਿਕ ਦੇ ਵਿੱਚ ਆਉਂਦੇ ਸੀਗੇ, ਪਰ ਹੁਣ ਕਿਉਂਕਿ ਇੱਕ ਬਿਮਾਰੀ ਦਾ ਇਲਾਜ ਕਰਾ ਕੇ ਹਸਪਤਾਲ ਦੇ ਵਿੱਚੋਂ ਨਿਕਲ ਰਹੇ ਨੇ, ਤਾਂ 2.5 ਸਾਲਾਂ ਬਾਅਦ ਸੀਐਮ ਦਾ ਇੱਕ ਵੱਖਰਾ ਰੂਪ ਦੇਖਣ ਨੂੰ ਮਿਲ ਰਿਹਾ। ਹਾਲਾਂਕਿ ਉਹ ਰੂਪ ਦੇ ਵਿੱਚ ਬਿਮਾਰ ਨੇ, ਉਸ ਇੱਕ ਬਿਮਾਰੀ ਦਾ ਇਲਾਜ ਕਰਾ ਕੇ 4 ਦਿਨ ਹਸਪਤਾਲ ਦੇ ਵਿੱਚ ਉਹਨਾਂ ਨੂੰ ਰਹਿਣਾ ਪਿਆ, ਉਹ ਬਿਮਾਰੀ ਤੋਂ ਬਾਅਦ ਉਹ ਨਿਕਲੇ ਨੇ। ਤਾਂ ਇਹਦੇ ਵਿੱਚ ਇਹ ਤੁਸੀਂ ਦੇਖੋ ਤਸਵੀਰਾਂ ਕਿ ਸੀਐਮ ਜਿਹੜੇ ਨੇ ਹੱਥ ਹਿਲਾਉਂਦੇ ਪਏ ਨੇ, ਫਿਰ ਵੀ ਇਹ ਇੱਕ ਗੱਲ ਬੜੀ ਆਪਾਂ ਕਹਾਂਗੇ ਕਿ ਸੰਤੁਸ਼ਟੀ ਵਾਲੀ ਗੱਲ ਹੈ ਕਿ ਜਦੋਂ ਜਿਸ ਤਰ੍ਹਾਂ ਦੀ ਬਿਮਾਰੀ ਆ, ਜਿਸ ਤਰ੍ਹਾਂ ਦਾ ਇਹਨਾਂ ਦਾ ਇਲਾਜ ਚੱਲ ਰਿਹਾ ਸੀਗਾ, ਐਂਟੀਬਾਇਓਟਿਕਸ ਦਿੱਤੇ ਜਾ ਰਹੇ ਸੀਗੇ ਔਰ ਹਾਰਟ ਔਰ ਲੰਗਸ ਦਾ ਇਲਾਜ ਚੱਲ ਰਿਹਾ ਸੀਗਾ, ਉਸ ਤੋਂ ਬਾਅਦ ਤੁਸੀਂ ਦੇਖੋ ਕਿ ਭਗਵੰਤ ਮਾਨ ਐਂਬੂਲੈਂਸ 'ਤੇ ਨਹੀਂ ਜਾ ਰਹੇ, ਹਾਂ ਬਿਲਕੁਲ, ਆਪਣੇ ਘਰ ਜੇ ਜਾ ਰਹੇ ਨੇ। ਜੇ ਛੁੱਟੀ ਮਿਲੀ ਹੈ ਤਾਂ ਆਮ ਜਿਸ ਤਰ੍ਹਾਂ ਇੱਕ ਪੇਸ਼ੈਂਟ ਨੂੰ ਜਦੋਂ ਡਿਸਚਾਰਜ ਹੁੰਦੇ ਨੇ ਤਾਂ ਉਹ ਆਪਣੀ ਗੱਡੀ ਦੇ ਵਿੱਚ ਜਾ ਰਹੇ ਨੇ, ਹੱਥ ਲਾਉਂਦੇ ਹੋਏ ਸਾਰਿਆਂ ਨੂੰ ਜਾ ਰਹੇ ਨੇ, ਸਾਰਿਆਂ ਦਾ ਅਭਿਵਾਦਨ ਕਰ ਰਹੇ ਨੇ। ਇਹ ਦੇਖੋ, ਇਹ ਤਸਵੀਰ ਤੁਸੀਂ ਦੇਖੋ, ਇਹ ਭਗਵੰਤ ਮਾਨ ਨੇ, ਇਹਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਕਿ ਉਹਨਾਂ ਨੇ ਕਰੀਮ ਕਲਰ ਦੀ ਕੈਪ ਪਾਈ ਹੈ, ਨੀਲੇ ਜਾਂ ਕਾਲੇ ਰੰਗ ਦੀ ਟੀ-ਸ਼ਰਟ ਪਾਈ ਹੈ ਔਰ ਹੱਥ ਹਿਲਾਉਂਦੇ ਹੋਏ ਤੁਸੀਂ ਦੇਖੋਗੇ ਕਿ ਸੀਐਮ ਮਾਨ ਜਿਹੜੇ ਵੀ ਉੱਥੇ ਲੋਕ ਖੜ੍ਹੇ ਸੀਗੇ ਉਹਨਾਂ ਦਾ ਅਭਿਵਾਦਨ ਕਰ ਰਹੇ ਸੀਗੇ। ਤਾਂ ਇਹ ਬੜੀ ਵੱਡੀ ਤਸਵੀਰ ਹੈ, ਬੜੀ ਅਹਿਮ ਤਸਵੀਰ ਬਣ ਜਾਂਦੀ ਹੈ ਨਵੀਨ, ਕਿ 4 ਦਿਨ ਬਾਅਦ ਇੱਕ ਸੂਬੇ ਦਾ ਮੁੱਖ ਮੰਤਰੀ ਜਦੋਂ ਬਾਹਰ ਨਿਕਲ ਰਿਹਾ ਇਲਾਜ ਕਰਾ ਕੇ, ਔਰ ਇਹਨਾਂ ਦੇ ਇਲਾਜ ਨੂੰ ਲੈ ਕੇ ਜਾਂ ਇਹਨਾਂ ਦੇ ਬਿਮਾਰੀਆਂ ਨੂੰ ਲੈ ਕੇ ਬਹੁਤ ਸਾਰੇ ਸਵਾਲ ਜਾਂ ਲੋਕਾਂ ਦੇ ਦਿਲਾਂ ਦੀ ਧੜਕਣਾਂ ਵੀ ਵੱਧਦੀਆਂ ਸੀਗੀਆਂ। ਹਸਪਤਾਲ ਦੇ ਵੱਲੋਂ ਵੀ ਬੁਲੇਟਿਨ ਜਾਰੀ ਕੀਤਾ ਜਾਂਦਾ ਸੀਗਾ, ਦੱਸਿਆ ਜਾਂਦਾ ਸੀਗਾ ਕਿ ਇਸ ਵੇਲੇ ਹਾਲਤ ਕਿੱਦਾਂ ਦੀ ਹੈ। ਪਹਿਲੇ ਜਦੋਂ 2 ਦਿਨ ਪਹਿਲਾਂ ਫੋਰਟਿਸ ਹਸਪਤਾਲ ਦਾ ਬੁਲੇਟਿਨ ਆਇਆ, ਉਹਦੇ 'ਚ ਉਹਨਾਂ ਨੇ ਕਿਹਾ ਕਿ ਸਾਨੂੰ ਟੈਸਟ ਜਿਹੜੇ ਆਪਾਂ ਕਰਾਉਣੇ ਨੇ ਉਸ ਸੰਬੰਧੀ ਸਾਨੂੰ ਆਪਣੀ ਨਿਗਰਾਨੀ ਦੇ ਵਿੱਚ ਹੀ ਸੀਐਮ ਨੂੰ ਰੱਖਣਾ ਪਏਗਾ। ਫਿਰ ਕੱਲ੍ਹ ਇੱਕ ਬੁਲੇਟਿਨ ਆਇਆ, ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਿਹੜਾ ਟ੍ਰੀਟਮੈਂਟ ਆਪਾਂ ਦੇ ਰਹੇ ਹਾਂ ਸੀਐਮ ਮਾਨ ਉਹਨੂੰ ਅੱਛੇ ਨਾਲ ਰਿਸਪੋਂਡ ਕਰ ਰਹੇ, ਉਹਨਾਂ ਦਾ ਸਰੀਰ ਰਿਸਪੋਂਡ ਕਰ ਰਿਹਾ, ਯਾਨੀ ਕਿ ਟ੍ਰੀਟਮੈਂਟ ਐਕਸੈਪਟ ਕਰ ਰਹੇ ਨੇ, ਤਾਂ ਉਹ ਅੱਜ ਸਫਲਤਾ ਦੇ ਵਿੱਚ ਮੈਨੂੰ ਲੱਗਦਾ ਕਿ ਡਾਕਟਰਾਂ ਨੂੰ ਸਫਲਤਾ ਮਿਲੀ ਹੈ, ਉਹਨਾਂ ਨੇ ਛੁੱਟੀ ਦੇ ਦਿੱਤੀ ਔਰ ਸੀਐਮ ਮਾਨ ਹੱਥ ਲਾਉਂਦੇ ਹੋਏ ਬੜੀ ਖੁਸ਼ੀ ਦੇ ਨਾਲ ਆਪਾਂ ਇਹਨੂੰ ਕਹਾਂਗੇ। ਹਾਲਾਂਕਿ ਜਿਹੜਾ ਦਰਦ ਉਹ ਫੀਲ ਕਰ ਰਹੇ ਹੋਣਗੇ ਇਲਾਜ ਕਰਾਇਆ, ਉਹ ਤਾਂ ਉਹ ਹੀ ਜਾਣਦੇ ਨੇ, ਪਰ ਇਹਨਾਂ ਕੋਲ ਹੱਥ ਲਾਉਣ ਨਾਲ ਜਿਹੜੇ ਉਹਨਾਂ ਦੇ ਸਪੋਰਟਰ ਨੇ, ਸਮਰਥਕ ਨੇ ਜਾਂ ਪੰਜਾਬ ਦੇ ਲੋਕ ਨੇ, ਕਿਉਂਕਿ ਪੂਰੇ ਪੰਜਾਬ ਦੇ ਮੁੱਖ ਮੰਤਰੀ ਨੇ, ਤਾਂ ਜਦੋਂ ਪੰਜਾਬ ਦੇ ਲੋਕ ਇਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ 4 ਦਿਨਾਂ ਬਾਅਦ ਦੇਖ ਰਹੇ ਨੇ, ਤਾਂ ਫਿਰ ਥੋੜ੍ਹਾ ਜਿਹੀ ਰਾਹਤ ਲੋਕਾਂ ਨੂੰ ਵੀ ਜ਼ਰੂਰ ਫੀਲ ਹੋ ਰਹੀ ਹੋਏਗੀ ਕਿ ਜਿਹੜਾ ਸਾਡਾ ਨੇਤਾ ਹੈ, ਜਿਹੜਾ ਸਾਡਾ ਇਸ ਵੇਲੇ ਮੁਖੀ ਹੈ ਸੂਬੇ ਦਾ, ਉਹ ਬਿਲਕੁਲ ਠੀਕ ਹੈ। ਕੀ ਲੱਗਦਾ ਕਿ ਬਹੁਤ ਸਾਰੇ ਸਵਾਲ ਚੁੱਕੇ ਜਾ ਰਹੇ ਸੀ ਵਿਰੋਧੀ ਪਾਰਟੀਆਂ ਦੇ ਵੱਲੋਂ, ਜਿੱਥੇ ਧੰਨਵਾਦ ਤਾਂ ਜ਼ਰੂਰ ਕੀਤਾ ਜਾ ਰਿਹਾ ਸੀ ਔਰ ਦੁਆਵਾਂ ਵੀ ਕੀਤੀਆਂ ਜਾ ਰਹੀਆਂ ਸੀ ਕਿ ਸੀਐਮ ਮਾਨ ਜਲਦੀ ਸਿਹਤਯਾਬ ਹੋਣ, ਪਰ ਨਾਲ ਇੱਕ ਤੰਜ ਵੀ ਸੀ ਉਹ ਨਾ, ਕਿਉਂਕਿ ਸੀਐਮ ਭਗਵੰਤ ਮਾਨ ਦੇ ਉੱਤੇ ਕੋਈ ਵੀ ਮਾਰਿਆ ਹੋਇਆ ਕਿਤੇ ਦਾ ਵੀ ਤੰਜ, ਉਹਦਾ ਜਵਾਬ ਉਹ ਜ਼ਰੂਰ ਦਿੰਦੇ ਨੇ ਔਰ ਜਲਦੀ ਉਸ ਕੰਡੀਸ਼ਨ ਦੇ ਵਿੱਚ ਆਉਣਗੇ ਕਿ ਉਹਨਾਂ ਦੇ ਸਾਰਿਆਂ ਦੇ ਜਵਾਬ ਵੀ ਦਿੱਤੇ ਜਾਣ। ਦੇਖੋ, ਤੰਜ ਦੀ ਗੱਲ ਕਰੀਏ ਆਪਾਂ, ਇਹ ਮਾਹੌਲ ਥੋੜ੍ਹਾ ਹੋਰ ਤਰ੍ਹਾਂ ਸੀਗਾ। ਅੱਜ ਆਪਾਂ ਦੇਖ ਰਹੇ ਹਾਂ ਕਿ ਪ੍ਰਗਟ ਸਿੰਘ ਮਿਲਣ ਗਏ ਇਹਨਾਂ ਨੂੰ, ਉਹ ਕਾਂਗਰਸ ਪਾਰਟੀ ਦੇ ਵਿਧਾਇਕ ਨੇ, ਉਹ ਅੱਜ ਮਿਲਣਗੇ। ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਮੰਤਰੀ ਨੇ ਕੁਲਤਾਰ ਸਿੰਘ ਸੰਧਵਾ ਸਪੀਕਰ ਨੇ, ਉਹ ਮਿਲਣਗੇ, ਹਰਜੋਤ ਬੈਂਸ ਮਿਲਣਗੇ, ਹਰਪਾਲ ਚੀਮਾ ਮਿਲਣਗੇ, ਕੱਲ੍ਹ ਸੰਦੀਪ ਪਾਠਕ ਮਿਲਣਗੇ ਸੀਗੇ। ਤਾਂ ਇਹੋ ਜਿਹੇ ਮਾਹੌਲ ਦੇ ਵਿੱਚ ਮੈਨੂੰ ਲੱਗਦਾ ਕਿ
ਇਸ ਚੀਜ਼ ਨੂੰ ਤੰਜ ਕੱਸਣ ਵਾਲਾ ਹੁਣ ਸਿਸਟਮ ਨਹੀਂ ਹੋਣਾ ਚਾਹੀਦਾ, ਚਾਹੇ ਉਹ ਬਿਕਰਮ ਮਜੀਠੀਆ ਤੰਜ ਕੱਸਦੇ ਪਏ ਸੀਗੇ, ਪਰ ਕੱਲ੍ਹ ਤੋਂ ਉਹਨਾਂ ਨੇ ਵੀ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਿਹਤਯਾਬ ਹੋਣੇ ਚਾਹੀਦੇ। ਮੈਂ ਉਹਨਾਂ ਦੀ ਸਿਹਤ ਦੀ ਚੰਗੀ ਸਿਹਤ ਦੀ ਕਾਮਨਾ ਕਰਦਾ ਵਾਂ। ਹੁਣ ਬਾਕੀ ਇਹ ਦੇਖਣਾ ਪਏਗਾ ਕਿ ਰਿਐਕਟ ਕਿੱਦਾਂ ਕਰਦੇ ਨੇ, ਕਿਵੇਂ ਰਿਪਲਾਈ ਸੀਐਮ ਦਿੰਦੇ ਨੇ, ਜਾਂ ਦੇਣਾ ਵੀ ਚਾਹੀਦਾ ਜਾਂ ਨਹੀਂ ਦੇਣਾ ਚਾਹੀਦਾ। ਇਹ ਤਾਂ ਉਹਨਾਂ ਦੀ ਹੁਣ ਸੂਝਬੂਝ ਕੰਮ ਕਰੇਗੀ ਕਿ ਉਹ ਇਸ ਗੱਲ 'ਤੇ ਰਿਐਕਟ ਕਰਨਾ ਚਾਹੁੰਦੇ ਜਾਂ ਨਹੀਂ। ਪਰ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਨੂੰ ਛੁੱਟੀ ਮਿਲ ਗਈ ਹੈ। ਦੱਸਿਆ ਜਾ ਰਿਹਾ ਸੀਗਾ ਕਿ ਗੱਲਾਂ 'ਤੇ ਇੱਦਾਂ ਦੀਆਂ ਅਫਵਾਹਾਂ ਤਾਂ ਇੱਦਾਂ ਦੀ ਆਉਂਦੀ, ਸੀਰੀਅਸ ਹੋ ਗਏ ਨੇ, ਪਰ ਜੇ ਸੀਰੀਅਸ ਹੁੰਦੇ ਤਾਂ ਸ਼ਾਇਦ ਇਸ ਤਰ੍ਹਾਂ ਛੁੱਟੀ ਨਾ ਦਿੱਤੀ ਜਾਂਦੀ। 4 ਦਿਨਾਂ ਬਾਅਦ ਹੀ ਛੁੱਟੀ ਜੇ ਮਿਲ ਗਈ ਹੈ ਤਾਂ ਡਾਕਟਰ ਉਸ ਇਲਾਜ ਨੂੰ ਕਰਨ ਦੇ ਵਿੱਚ ਸਫਲ ਹੋਏ ਨੇ। ਔਰ ਜਿਸ ਤਰ੍ਹਾਂ ਬਾਹਰ ਨਿਕਲ ਕੇ ਸੀਐਮ ਹੱਥ ਲਾ ਰਹੇ ਨੇ, ਲੋਕਾਂ ਨੂੰ ਅਭਿਵਾਦਨ ਕਰ ਰਹੇ ਨੇ, ਇੱਕ ਤਰ੍ਹਾਂ ਦਾ ਮੈਸੇਜ ਦੇਣ ਦੀ ਕੋਸ਼ਿਸ਼ ਹੀ ਕੀਤੀ ਹੈ ਸੂਬੇ ਦੇ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਕਿ ਮੈਂ ਹੁਣ ਠੀਕ ਹੋ ਕੇ ਬਾਹਰ ਆ ਗਿਆ ਔਰ ਮੈਂ ਬਿਲਕੁਲ ਠੀਕ ਹੈਗਾ। ਹੁਣ ਜਦੋਂ ਇੱਕ ਮੁਖੀਆ, ਮੈਂ ਫਿਰ ਵਾਰ-ਵਾਰ ਕਹਿ ਰਿਹਾ ਕਿ ਜਦੋਂ ਇੱਕ ਸੂਬੇ ਦਾ ਮੁਖੀਆ ਇਹੋ ਜਿਹਾ ਮੈਸੇਜ ਦੇਣ ਦੀ ਕੋਸ਼ਿਸ਼ ਕਰੇ ਤਾਂ ਇਹਦੇ ਨਾਲ ਬਹੁਤ ਸਾਰੇ ਲੋਕਾਂ ਦੀ ਉਮੀਦਾਂ ਜੁੜੀਆਂ ਹੁੰਦੀਆਂ ਨੇ, ਬਹੁਤ ਸਾਰੇ ਲੋਕਾਂ ਦੀ ਨਿਗਾਹਾਂ ਸੀਗੀਆਂ ਕਿ ਆਖਿਰਕਾਰ ਸੀਐਮ ਮਾਨ ਦੀ ਸਿਹਤ ਕਿਵੇਂ ਦੀ ਹੈ। ਕਿਉਂਕਿ ਕੱਲ੍ਹ ਵੀ ਆਪਾਂ ਦੇਖਿਆ ਅਫਵਾਹਾਂ ਉੱਡ ਗਈਆਂ ਕਿ ਬਈ ਹੁਣ ਇਹਨਾਂ ਦੀ ਸਿਹਤ ਹਜੇ ਠੀਕ ਨਹੀਂ ਹੈ, ਸ਼ਾਇਦ ਕਾਰਜਕਾਰੀ ਸੀਐਮ ਕੁਲਤਾਰ ਸੰਧਵਾ ਨੂੰ ਲਾਇਆ ਜਾਏਗਾ, ਇਹੋ ਜਿਹੀ ਅਫਵਾਹਾਂ ਹੀ ਆ ਕਿ ਕੁਲਤਾਰ ਸਿੰਘ ਸੰਧਵਾ ਦੀ ਸਿਕਿਉਰਿਟੀ ਵਧਾ ਦਿੱਤੀ ਗਈ। ਤਾਂ ਇਹਨਾਂ ਸਾਰੀਆਂ ਅਫਵਾਹਾਂ 'ਤੇ ਵਿਰਾਮ ਚਿੰਨ ਲਾ ਦਿੰਦੇ ਨੇ ਭਗਵੰਤ ਮਾਨ ਜਦੋਂ ਅੱਜ ਹੈ ਇਸ ਤਰ੍ਹਾਂ ਹੱਥ ਹਿਲਾ ਰਹੇ ਨੇ। ਬਿਲਕੁਲ ਹੱਥ ਲਾ ਰਹੇ ਨੇ, ਆਪਾਂ ਇਹ ਵੀ ਉਮੀਦ ਕਰਦੇ ਹਾਂ ਕਿ ਕਾਮਨਾ ਕਰਦੇ ਹਾਂ ਕਿ ਜਲਦੀ ਜਿਹੜਾ ਉਹਨਾਂ ਦਾ ਅਸਲੀ ਰੂਪ ਹੈ, ਯਾਨੀ ਕਿ ਪੀਲੀ ਪੱਗ ਬਣ ਕੇ ਜਿਸ ਤਰ੍ਹਾਂ ਦੇ ਉਹ ਪਬਲਿਕ ਅਪੀਅਰੈਂਸ ਦੇ ਵਿੱਚ ਰਹਿ ਰਹੇ ਨੇ, ਉਹ 'ਚ ਵੀ ਜਲਦੀ ਆਉਣ ਔਰ ਪਬਲਿਕ ਨਾਲ ਡੀਲ ਕਰਨ, ਪਰ ਆਪਣੀ ਸਿਹਤ ਨੂੰ ਮੁੱਖ ਰੱਖਦੇ ਹੋਏ। ਪਹਿਲੇ ਜਦੋਂ ਤੱਕ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋ ਜਾਂਦੇ, ਸਿਹਤ ਵੱਲ ਵੀ ਇਹਨਾਂ ਨੂੰ ਧਿਆਨ ਦੇਣਾ ਪਏਗਾ। ਜੀ ਬਿਲਕੁਲ ਬਿਲਕੁਲ, ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸੀਐਮ ਭਗਵੰਤ ਮਾਨ ਨੂੰ ਛੁੱਟੀ ਮਿਲ ਗਈ ਹੈ, ਉਹ ਘਰ ਦੇ ਲਈ ਰਵਾਨਾ ਹੋ ਚੁੱਕੇ ਨੇ ਔਰ ਜਲਦ ਹੀ ਉਹ ਆਪਣੇ ਉਸੇ ਤਰੀਕੇ ਦੇ ਨਾਲ ਉਸੇ ਰੂਪ ਦੇ ਵਿੱਚ ਨਜ਼ਰ ਆ ਸਕਦੇ ਨੇ। ਹਾਲਾਂਕਿ ਡਾਕਟਰਸ ਨੇ ਕਿਹੜੀਆਂ ਕਿਹੜੀਆਂ ਉਹਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਨੇ, ਕਦੋਂ ਤੱਕ ਉਹ ਆ ਕੇ ਆਪਣੇ ਕੰਮ ਦੇ ਵਿੱਚ ਨਿਤਰ ਸਕਦੇ ਨੇ, ਕਿਸ ਤਰੀਕੇ ਦੇ ਨਾਲ ਉਹ ਐਕਟਿਵ ਹੋ ਸਕਦੇ ਨੇ, ਉਹ ਉਹਨਾਂ ਦਾ ਜਿਸ ਤਰੀਕੇ ਦਾ ਡਾਕਟਰਸ ਦੇ ਵੱਲੋਂ ਉਹਨਾਂ ਨੂੰ ਇੰਸਟਰਕਸ਼ਨਸ ਦਿੱਤੀਆਂ ਹੋਣਗੀਆਂ, ਉਸ ਤੋਂ ਬਾਅਦ ਹੀ ਹੋਏਗਾ। ਪਰ ਖੁਸ਼ੀ ਦੀ ਗੱਲ ਇਹ ਹੈ ਪੰਜਾਬ ਦੇ ਲੋਕਾਂ ਲਈ, ਖਾਸ ਕਰ ਆਮ ਆਦਮੀ ਪਾਰਟੀ ਦੇ ਲਈ, ਕਿ ਸੀਐਮ ਭਗਵੰਤ ਮਾਨ ਬਿਲਕੁਲ ਸਿਹਤਯਾਬ ਨੇ ਔਰ ਉਹ ਠੀਕ ਹੋ ਕੇ ਘਰ ਵਾਪਸ ਚਲੇ ਗਏ ਨੇ ਔਰ ਜਲਦ ਹੀ ਸਾਨੂੰ ਉਹ ਆਪਣੇ ਕੰਮ ਦੇ ਉੱਪਰ ਕੰਮ ਕਰਦੇ, ਲੋਕਾਂ ਦੇ ਵਿੱਚ ਰੈਲੀਆਂ ਦੇ ਵਿੱਚ ਵਿਚਰਦੇ, ਉਹਨਾਂ ਦੇ ਨਾਲ ਮੀਟਿੰਗਸ ਕਰਦੇ ਨਜ਼ਰ ਆਣਗੇ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ WhatsApp ਚੈਨਲ ਪਰ।